ਕੌਮੀ ਕਟ ਗਿਣਤੀ ਕਮਿਸ਼ਨ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਲਾਜ਼ਮੀ ਤੌਰ ਤੇ ਇਹ ਖੁਲਾਸਾ ਕਰਨ ਲਈ ਪਾਬੰਦ ਕਰੋ ਕਿ ਉਹ ਜੋ ਮੀਟ ਪ੍ਰੋਸੈਸਰ ਹੈ ਨੇ ਉਹ ਹਲਾਲ ਹੈ ਜਾਂ ਫਿਰ ਛਟਕਾ ਹੈ। ਐਨਸੀਐਮ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੇ ਮੁਖ ਸਕੱਤਰ ਅਨੁਰੋਧ Tiwari ਨੂੰ ਪੱਤਰ ਲਿਖ ਕੇ ਸਾਰੇ ਖਾਣ-ਪੀਣ ਵਾਲਿਆਂ ਨੂੰ ਉਹਨਾਂ ਦੁਆਰਾ ਪਰੋਸੇ ਜਾਣ ਵਾਲੇ ਮੀਟ ਦੀ ਸ਼੍ਰੇਣੀ ਦਾ ਖੁਲਾਸਾ ਕਰਨ ਦੀ ਸਲਾਹ ਦੇਣ ਦੀ ਸਲਾਹ ਦਿੱਤੀ ਹੈ। ਲਾਲਪੁਰਾ ਨੇ ਨੋਟ ਕੀਤਾ ਕਿ ਪੰਜਾਬ ਵਿੱਚ ਹੋਟਲ ਅਤੇ ਰੈਸਟੋਰੈਂਟ ਸਿਰਫ ਹਲਾਲ ਮੀਟ ਹੀ ਪਰੋਸ ਰਹੇ ਨੇ ਜਿਸ ਦੀ ਸਿੱਖ ਧਰਮ ਵਿੱਚ ਮਨਾਹੀ ਹੈ ਉਹਨਾਂ ਨੇ ਕਿਹਾ ਕਿ ਲਾਜ਼ਮੀ ਖੁਲਾਸਾ ਲੋਕਾਂ ਨੂੰ ਮੀਟ ਦਾ ਸੇਵਨ ਕਰਨ ਤੋਂ ਪਹਿਲਾਂ ਚੋਣ ਕਰਨ ਦੀ ਆਗਿਆ ਦੇਵੇਗਾ ਇਸ ਅਨੁਸਾਰ ਸਾਰੇ ਹੋਟਲਾਂ ਰੈਸਟੋਰੈਂਟਾਂ ਨੂੰ ਮੀਟ ਦੀ ਸ਼੍ਰੇਣੀ ਦਾ ਲਾਜ਼ਮੀ ਤੌਰ ਤੇ ਖੁਲਾਸਾ ਕਰਨ ਦੀ ਸਲਾਹ ਦਿੱਤੀ ਜਾ ਸਕਦੀ ਹੈ ਕਿ ਇਹ ਝਟਕਾ ਮੀਟ ਹੈ ਜਾਂ ਫਿਰ ਹਲਾਲ ਮੀਟ ਹੈ ਐਨਸੀਐਮ ਮੁਖੀ ਨੇ ਅੱਗੇ ਕਿਹਾ ਇਸ ਮਾਮਲੇ ਵਿੱਚ ਛੇਤੀ ਕਾਰਵਾਈ ਦੀ ਬਹੁਤ ਸ਼ਲਾਘਾ ਕੀਤੀ ਜਾਵੇਗੀ ਅਰਬੀ ਵਿੱਚ ਹਲਾਲ ਸ਼ਬਦ ਦਾ ਸ਼ਾਬਦਿਕ ਅਰਥ ਹੈ ਆਗਿਆਯੋਗ ਅਤੇ ਹਲਾਲ ਭੋਜਨ ਉਹ ਹੈ ਜੋ ਇਸਲਾਮੀ ਕਾਨੂੰਨ ਦੀ ਪਾਲਣਾ ਦੇ ਜਿਵੇਂ ਕਿ ਕੁਰਾਨ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਕਤਲਿਆਮ ਦੇ ਹਲਾਲ ਰੂਪ ਵਿੱਚ ਜਾਨਵਰਾਂ ਜਾਂ ਮੁਰਗੀਆਂ ਨੂੰ ਬਿਨਾ ਕੱਟੇ ਮੁੱਖ ਨਾੜੀਆਂ ਤਮਣੀਆਂ ਅਤੇ ਸਾਹ ਦੀ ਨਾੜੀ ਨੂੰ ਕੱਟ ਕੇ ਮਾਰਿਆ ਜਾਂਦਾ ਹੈ ਅਤੇ ਉਦੋਂ ਤੱਕ ਛੱਡ ਦਿੱਤਾ ਜਾਂਦਾ ਹੈ ਜਦੋਂ ਤੱਕ ਖੂਨ ਪੂਰੀ ਤਰ੍ਹਾਂ ਦੇ ਨਾਲ ਬਾਹਰ ਨਹੀਂ ਨਿਕਲ ਜਾਂਦਾ ਯੂਕੇ ਸਥਿਤ ਹਲਾਲ ਫੂਡ ਅਥਾਰਟੀ ਦੇ ਅਨੁਸਾਰ ਕਿਸੇ ਜਾਨਵਰ ਜਾਂ ਮੁਰਗੀ ਨੂੰ ਵੱਢਣ ਤੋਂ ਪਹਿਲਾਂ ਮਾਰਿਆ ਹੋਣਾ ਚਾਹੀਦਾ ਹੈ ਅਤੇ Laash ਦੇ ਕਿਸੇ ਵੀ ਵੰਦੇ ਖੂਨ ਨੂੰ ਪੂਰੀ ਤਰ੍ਹਾਂ ਨਿਕਾਸ ਕਰਨਾ ਚਾਹੀਦਾ ਹੈ ਛਟਕਾ ਵਿਧੀ ਵਿੱਚ ਜਾਨਵਰ ਨੂੰ ਤੁਰੰਤ ਮਾਰ ਦਿੱਤਾ ਜਾਂਦਾ ਹੈ ਇਸ ਸਾਲ ਦੇ ਸ਼ੁਰੂ ਵਿਚ ਦੱਖਣੀ ਦਿੱਲੀ ਮਿਊਨਿਸਪਲ ਕਾਰਪੋਰੇਸ਼ਨ ਦੁਆਰਾ ਵੀ ਅਜੇਹਾ ਹੀ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ ਜਦੋਂ ਰੈਸਟੋਰੈਂਟ ਅਤੇ ਮੀਟ ਦੀਆਂ ਦੁਕਾਨਾਂ ਦੇ ਬਾਹਰ ਇਹ ਲਾਜ਼ਮੀ ਲਗਾਉਣ ਲਈ ਕਿਹਾ ਗਿਆ ਸੀ ਕਿ ਉਹ ਕਿਹੜਾ ਮੀਟ ਵੇਚ ਰਹੇ ਨੇ ਛਟਕਾਇਆ ਜਾਂ ਫਿਰ ਹਲਾਲ ਹੈ ਅਸਲ ਵਿੱਚ ਕੌਮੀ ਘਟ ਗਿਨਤੀ ਕਮਿਸ਼ਨ ਦੇ ਚੇਅਰਮੈਨ ਨੇ ਨੋਟ ਕੀਤਾ ਕਿ ਪੰਜਾਬ ਵਿੱਚ ਹੋਟਲ ਅਤੇ ਰੈਸਟੋਰੈਂਟ ਸਿਰਫ ਹਲਾਲ ਮੀਟ ਹੀ ਪ੍ਰੋਸ ਕਰ ਰਹੇ ਨੇ ਜਿਸ ਦੀ ਸਿੱਖ ਧਰਮ ਵਿੱਚ ਮਨਾਹੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ